ਬੀਐਡ ਵਿੱਚ ਚੁਆਇਸ ਫਿਲ ਕਰਨ ਲਈ ਸਬਜੈਕਟ ਤੇ ਕਾਲਜ ਦੀ ਚੁਆਇਸ ਫਿਲ ਕਰਨ ਲਈ ਫੀਸ ਇੱਕ ਮੇਜਰ ਐਸਪੈਕਟ ਹੈ। ਅਸੀਂ ਬੀਐਡ ਦੀ ਪੰਜਾਬ ਦੀ ਯੂਨੀਵਰਸਿਟੀਆਂ ਵਿੱਚ ਜਿਹੜੇ 200 ਦੇ ਕਰੀਬ ਕਾਲਜਸ ਹਨ ਉਹਨਾਂ ਦੀ ਡਿਵੀਜ਼ਨ ਕਰਕੇ ਬਾਇਫਰਕੇਸ਼ਨ ਕਰਕੇ ਕਲਾਸੀਫਿਕੇਸ਼ਨ ਕਰਕੇ ਫੀਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇੱਕ ਕਲਾਸੀਫਿਕੇਸ਼ਨ ਹੈ ਫੀਸ ਦੀ ਸੈਮ 1 ਸੈਮ 2 ਸੈਮ 3 ਸੈਮ 4 ਬੀਐਡ ਦਾ ਪਹਿਲਾ ਦੂਜਾ ਤੀਜਾ ਚੌਥਾ ਸੈਮ। ਓਕੇ, ਇਸ ਤਰਫ ਮੈਂ ਯੂਨੀਵਰਸਿਟੀ ਲਿਖੀ ਹੋਈ ਹੈ। ਇਹ ਯੂਨੀਵਰਸਿਟੀ ਦਾ ਮਤਲਬ ਹੈ ਕਿ ਤੁਸੀਂ ਜਦੋਂ ਐਡਮਿਸ਼ਨ ਲੈਣੀ ਹੈ ਇੱਕ ਤਾਂ ਇਹ ਹੋਏਗਾ ਕਿ ਤੁਸੀਂ ਸੇਮ ਯੂਨੀਵਰਸਿਟੀ ਵਿੱਚ ਹੀ ਪ੍ਰੀਵੀਅਸ ਕਲਾਸ ਕੀਤੀ ਹੋਈ ਹੈ, ਕੋਈ ਵੀ ਪ੍ਰੀਵੀਅਸ ਕਲਾਸ ਹੋਵੇ, ਐਮਏ ਹੋਵੇ, ਗ੍ਰੈਜੂਏਸ਼ਨ ਹੋਵੇ। ਜੇ ਸੇਮ ਯੂਨੀਵਰਸਿਟੀ 'ਚੋਂ ਤਾਂ ਹੈ ਤੁਹਾਡਾ ਥੋੜ੍ਹਾ ਜਿਹਾ ਖਰਚਾ ਘੱਟ ਜਾਂਦਾ ਹੈ। ਜੇ ਅਦਰ ਯੂਨੀਵਰਸਿਟੀ ਤੋਂ ਹੈ ਪਰ ਤੁਸੀਂ ਪੰਜਾਬ ਸਟੇਟ ਦੇ ਵਿੱਚੋਂ ਹੀ ਕਰ ਰਹੇ ਹੋ, ਫੋਰ ਐਗਜ਼ਾਮਪਲ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਲੈਣਾ ਚਾਹੁੰਦੇ ਹੋ, ਪਹਿਲਾਂ ਪੰਜਾਬ ਯੂਨੀਵਰਸਿਟੀ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਉਣਾ ਚਾਹੁੰਦੇ ਹੋ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੰਜਾਬੀ ਜਾਣਾ ਚਾਹੁੰਦੇ ਹੋ, ਜਾਂ ਪੰਜਾਬੀ ਤੋਂ ਗੁਰੂ ਨਾਨਕ ਆਉਂਦਾ ਚਾਹੁੰਦੇ ਹੋ, ਜਾਂ ਪੰਜਾਬੀ ਤੋਂ ਪੰਜਾਬ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ, ਵਿਦ ਇਨ ਪੰਜਾਬ ਦੀਆਂ ਯੂਨੀਵਰਸਿਟੀਆਂ ਹਨ ਉਹਨਾਂ ਲਈ ਇਹ ਕਾਲਮ ਰਹੇਗਾ। ਔਰ ਤੀਸਰੇ ਕੈਂਡੀਡੇਟ ਉਹ ਹੋਣਗੇ ਜਿਹੜੇ ਪੰਜਾਬ ਤੋਂ ਬਾਹਰ ਦੀਆਂ ਯੂਨੀਵਰਸਿਟੀ ਦੇ ਨੇ ਔਰ ਪੰਜਾਬ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ, ਇਹ ਤਿੰਨ ਕੈਟਾਗਰੀ ਉਹ ਨੇ। ਫੀਸ ਕਿਹੜੇ ਤਰ੍ਹਾਂ ਦੀ ਹੈ? ਸਟੂਡੈਂਟ ਰਿਟਰਨ ਫੀਸ ਹੁੰਦੀ ਹੈ, ਨੋਰਮਲੀ ਸਾਨੂੰ ਇਹ ਨਹੀਂ ਪਤਾ ਹੁੰਦਾ। ਐਗਜ਼ਾਮੀਨੇਸ਼ਨ ਫੀਸ ਹੁੰਦੀ ਹੈ ਜਿਹੜੀ ਸਮਿਸਟਰ ਵਾਈਜ਼ ਹੁੰਦੀ ਹੈ, ਸਟੂਡੈਂਟ ਰਿਟਰਨ ਫੀਸ ਈਅਰਲੀ ਹੁੰਦੀ ਹੈ, ਮਾਈਗ੍ਰੇਸ਼ਨ ਫੀਸ ਕੋਈ ਨਹੀਂ ਹੈ। ਹਾਂ, ਮਾਈਗ੍ਰੇਸ਼ਨ ਫੀਸ ਜਿਹਨਾਂ ਨੇ ਅਦਰ ਯੂਨੀਵਰਸਿਟੀ 'ਚੋਂ ਆਉਣਾ ਹੈ ਥੋੜ੍ਹੇ ਜਿਹੇ ਚਾਰਜ ਹਨ, ਇਹ ਜਿਹੜੇ ਅਦਰ ਪੰਜਾਬ ਤੋਂ ਆ ਰਹੇ ਨੇ ਉਹਨਾਂ ਲਈ ਚਾਰਜਸ ਹਨ। ਇੱਕ ਮਾਈਗ੍ਰੇਸ਼ਨ ਤੁਹਾਡੀ ਆਪਣੇ ਕਰਾਉਣ ਦੇ ਚਾਰਜਸ ਲੱਗਦੇ ਹਨ। ਸੋ ਸਭ ਦੂਸਰਾ ਇੱਥੇ ਮੈਂ ਲਿਖਿਆ ਹੈ ਕਿ ਗੌਰਮੈਂਟ ਕਾਲਜ ਏਡਿਡ ਅਤੇ ਪ੍ਰਾਈਵੇਟ, ਇਹਨਾਂ ਵਿੱਚ ਇਹ ਟੋਟਲ ਕਿਵੇਂ ਬਣਦਾ ਹੈ ਦੂਸਰੇ ਪੇਜ 'ਤੇ ਜਾ ਕੇ ਦੇਖਾਂਗੇ ਕਿ ਹੋਰ ਖਰਚੇ ਜਿਹੜੇ ਹੋ ਸਕਦੇ ਆ, ਹਿਡਨ ਖਰਚੇ ਜਾਂ ਜਿਹੜੇ ਤੁਹਾਡੇ ਕਰਵਾਏ ਜਾ ਸਕਦੇ ਹੈ। ਸਭ ਤੋਂ ਪਹਿਲਾਂ ਇਹ ਦੇਖ ਲਈਏ ਕਿ ਸਟੂਡੈਂਟ ਰਿਟਰਨ ਫੀਸ ਨੋਰਮਲੀ ਕਿੰਨੀ ਹੁੰਦੀ ਹੈ? 2200 ਰੁਪਏ ਦੇ ਕਰੀਬ ਹੁੰਦੀ ਹੈ। ਇਹ ਥੋੜ੍ਹਾ ਵਧਾ ਕੇ ਕਰ ਲੈਂਦੇ ਹਾਂ, ਜੇ 2500 ਤੱਕ ਇਹ ਮੰਨ ਲੈਂਦੇ ਹਾਂ ਕਿ 2200 ਤੋਂ 2500 ਦੇ ਵਿਚਕਾਰ ਹੋਏਗੀ, ਕਿਉਂਕਿ ਇੱਕ ਯੂਨੀਵਰਸਿਟੀ ਦੂਜੀ ਯੂਨੀਵਰਸਿਟੀ 'ਚ 100, 200, 300 ਰੁਪਏ ਦਾ ਫਰਕ ਹੋ ਸਕਦਾ ਹੈ। ਸੋ ਇਹ ਜਿਹੜੀ ਫੀਸ ਹੈ ਇਹ ਈਅਰਲੀ ਹੈ, ਈਅਰਲੀ ਇਟ ਮੀਨਸ 2500 ਵੀ ਲਾਈ ਦੋਨਾਂ ਸੈਮ ਦੀ ਮਿਲਾ ਕੇ, ਇਹਨਾਂ ਦੀ ਮਿਲਾ ਕੇ ਇੱਥੇ ਮੈਂ ਲਿਖਤੀ 2500, ਮੰਨ ਲਓ ਇਹਦੀ ਹੋ ਗਈ 2500, ਹੈ ਨਹੀਂ ਵੈਸੇ ਘੱਟ ਹੈ, ਮੰਨ ਲਓ ਅਸੀਂ ਇਹਦਾ ਮਿਲਾ ਕੇ ਆਪਾਂ ਇੱਥੇ 5000 ਲਿਖ ਲਏ ਨੇ। ਇਹ 5000 ਦੇ ਕਰੀਬ ਸਟੂਡੈਂਟ ਰਿਟਰਨ ਫੀਸ ਦੋ ਸਾਲ ਦੀ ਲੱਗਣੀ ਹੈ। ਐਗਜ਼ਾਮੀਨੇਸ਼ਨ ਫੀਸ ਜੋ ਹੈ ਉਹ ਔਨ ਐਨ ਐਵਰੇਜ 2400 ਰੁਪਏ ਦੇ ਕਰੀਬ ਹੈ, ਲੇਕਿਨ ਅਸੀਂ ਵਧਾ ਕੇ 2500, 2600, 2700 ਲਿਖ ਲੈਂਦੇ ਹਾਂ। ਇੱਥੇ ਮੈਂ 2500 ਲਿਖ ਲਈ ਹੈ। ਇਹ ਸਮਿਸਟਰ ਵਾਈਜ਼ ਹੈ, ਇਹ ਈਅਰਲੀ ਹੈ ਇੰਨੀ ਦੱਸੀ ਹੋਈ, ਮਤਲਬ 2500 ਈਅਰ ਦੀ ਹੈ, ਪਹਿਲੇ ਤਾਂ ਦੂਜੇ ਸੈਮ ਦੀ, ਤੀਜੇ ਅਤੇ ਚੌਥੇ ਸੈਮ ਦੀ 2500, ਇਹ ਟੋਟਲ 5000 ਹੋ ਗਈ। ਐਗਜ਼ਾਮੀਨੇਸ਼ਨ ਫੀਸ ਜੇ ਅਸੀਂ 2500 ਪਰ ਸੈਮ ਲਾਈ ਹੈ, 2500 ਇਹਦੀ ਹੋ ਗਈ, 2500 ਇਹਦੀ ਹੋ ਗਈ, 2500 ਇਹਦੀ ਹੋ ਗਈ, ਹੈ ਨਾ, ਸਾਰੀਆਂ ਇਹ ਤਿੰਨੇ 2500 ਇਸ ਦੀ ਹੋ ਕੇ ਇੱਥੇ ਟੋਟਲ ਲਿਖ ਲੂੰਗਾ, 25 ਤੋਂ ਦੁਬਾਰਾ ਲਿਖ ਦਿੰਦਾ ਹਾਂ, ਇਹ ਬਣ ਗਿਆ ਟੋਟਲ ਤੁਹਾਡਾ 10000। ਸੋ ਤੁਹਾਡੀ ਜਿਹੜੀ ਯੂਨੀਵਰਸਿਟੀ ਫੀਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ 5 ਜਮ੍ਹਾਂ 10000 ਬਣ ਗਿਆ, ਜਿਹੜਾ ਕਿਸੇ ਵੀ ਕਾਲਜ ਵਿੱਚ ਹੈ ਤੁਹਾਡੀ ਲੱਗਣੀ ਹੈ। ਹਾਂ, ਹੁਣ ਜੇ ਤੁਸੀਂ ਸੇਮ ਯੂਨੀਵਰਸਿਟੀ 'ਚੋਂ ਆਏ ਹੈ ਤਾਂ ਤੁਹਾਡੇ ਇਹ 15000 ਦੇ ਕਰੀਬ ਹੀ 2 ਸਾਲ ਦੇ ਯੂਨੀਵਰਸਿਟੀ ਫੀਸ, ਜਿਹਦੇ ਵਿੱਚ ਸਟੂਡੈਂਟ ਰਿਟਰਨ ਫੀਸ, ਐਗਜ਼ਾਮੀਨੇਸ਼ਨ ਫੀਸ ਸ਼ਾਮਿਲ ਹੈ, ਉਹ ਲੱਗੇਗੀ। ਜੇਕਰ ਤੁਸੀਂ ਅਦਰ ਯੂਨੀਵਰਸਿਟੀ ਤੋਂ ਆਏ ਹੋ ਤੇ ਤੁਹਾਡੇ ਲਗਭਗ ਇਹਦੇ ਥੱਲੇ ਹੀ ਲਿਖ ਦਿੰਦਾ ਅਦਰ ਯੂਨੀਵਰਸਿਟੀ 600 ਦੇ ਕਰੀਬ, 600, 700, 800 ਦੇ ਕਰੀਬ ਫੀਸ ਲੱਗੇਗੀ 1 ਟਾਈਮ, 2 ਸਾਲ ਦੀ ਇੱਕ ਵਾਰ 600 ਹੋ ਗਈ। ਜੇ ਤੁਸੀਂ ਆਊਟ ਆਫ ਪੰਜਾਬ ਤੋਂ ਆਏ ਹੋ ਤੇ ਤੁਹਾਡੀ ਇਹ ਫੀਸ ਜਿਹੜੀ ਹੈ 1 ਟਾਈਮ 1500 ਤੋਂ ਲੈ ਕੇ 2000 ਦੇ ਕਰੀਬ ਹੋ ਸਕਦੀ ਹੈ। ਸੋ ਜਿਹੜੇ ਸਟੂਡੈਂਟ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਲਗਭਗ ਇੰਨਾ ਖਰਚਾ ਵਾਧੂ ਪਏਗਾ। ਮਾਈਗ੍ਰੇਸ਼ਨ ਦੀ ਗੱਲ ਕਰ ਲਈਏ, ਮਾਈਗ੍ਰੇਸ਼ਨ ਵਿੱਚ ਫੀਸ ਜਿਹੜੀ ਹੈ ਇਹ ਡਿਸਕਸ ਹੋ ਚੁੱਕੀ ਹੈ। ਮਾਈਗ੍ਰੇਸ਼ਨ ਦਾ ਤੁਹਾਡਾ ਆਪਣਾ ਖਰਚਾ ਕੋਈ ਆਏਗਾ, ਫੋਰ ਐਗਜ਼ਾਮਪਲ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਗੌਰਮੈਂਟ ਯੂਨੀਵਰਸਿਟੀ
सॉरी गुरु नानक देव यूनिवर्सिटी आना चाहते हो तो पंजाब यूनिवर्सिटी में तुसी माइग्रेशन अप्लाई करनी है उदे लई तुहानू फॉर्म कढ़ना पैंदा है। अलग तो वीडियो जारी कर दंगा, वैसे अलग फॉर्म कढ़ना पैंदा है, फीस ऑनलाइन जमा हो जाती है, फिर बाय पोस्ट फिल करना पैंदा है, तो वो फिर टाइम कितना लग जाता है। नॉर्मली हर माइग्रेशन 15 दिन तो महीना लग जाता है। गुरु नानक देव यूनिवर्सिटी भी माइग्रेशन ऑनलाइन फिल हो जाती है, पंजाबी यूनिवर्सिटी भी ऑनलाइन फिल हो जाती है, पेमेंट भी और सब कुछ ऑनलाइन ही होता है, बाय पोस्ट कुछ नहीं करना होता। सो इसकी पूरी कन्फर्मेशन करके बाद में दसदांगा, इतने सिर्फ खर्चे की गल कर रहा हाँ। जे माइग्रेशन है तो ये 2000 प्लस कर लेना चाहिए है, ए मैं नीले रंग नाल पा दिता 2000 दा खर्चा। ओके हुण ये खर्चे तुहाडे उस तो बिना ने, जिहड़े कॉलेज की फीस जिहड़ी बचती है वह समेस्टर वाइज लैंदे ने। गवर्नमेंट कॉलेज की फीस तुसी मन के चलो लाल रंग नाल लिख दिंदे हाँ इत्थे 10000 दे करीब, 10000 दे करीब। असल विच ये 10000 नहीं है, इहनूं 9000 समझिया जाए जां थोड़ा घट समझिया जाए, क्योंकि टोटल 10000 ये सारा कुछ पा के वह 10000 गिणाते हैं जिन्हों तो इनफॉर्मेशन ली है। सो जे गवर्नमेंट कॉलेज की टोटल फीस देखनी है 10000 10000 10000 40, टोटल बन गई ये 40000 40000 इतने मैं लिख दिता है। हाँ जे एक दो कॉलेज ने जिहड़े चार्ज एक्सट्रा PTA फंड वगैरह चार्ज कर सकते हैं, जे तुसी खुले दिल नाल चलना है तो फिर तुसी 40000 तो 50000 च मैक्सिमम खर्चा लगा सकते हो, पर जिन्हें तो इनफॉर्मेशन ली गई है उन्होंने कहा है 40000 तो 2000-4000 घट ही आता है। मैं खुद गवर्नमेंट कॉलेज तो पढ़िया हुआ हाँ जलंधर तो, और मेरी फीस 900 रुपए लगी सी, 1000 रुपया जमा कराया सी, बाद विच वो भी 100 के कुछ रुपए वापस कर दिते गए सी। हाँ एडिड कॉलेज की फीस तुसी ऑन एन एवरेज लैके, एडिड कॉलेज 17-18 के करीब है, 25000 दे करीब है। सानू लगता है कि एडिड कॉलेज गवर्नमेंट कॉलेज के बराबर है, बिल्कुल नहीं, ये फर्क समझ लेना चाहिए है। एडिड कॉलेज ने कई कॉलेजेस ने अपनियां सीट्स एक्सटेंड करवाइया हैं, जिहड़ियां गवर्नमेंट तो रिकगनाइज सीट सी, मान लो 50 सीट सी जां 100 सीट सी, और उन्होंने उन्होंने ग्रांट मिलती है, वह ग्रांट की जी है हम 95% नहीं मिलती, हूँ मिलती है 75% जो घट गई है, इट मीनस चार्ज थोड़े किए जाने हैं। दूसरा उन्होंने जी जी है 100 सीट्स फॉर एग्जाम्पल, मैं इतने जाके एग्जाम्पल तुम दिना हाँ नहीं जा होएगा, 100 सीट मान लो रिकगनाइज सी गवर्नमेंट की, लेकिन 50 या 100 सीट्स उन्होंने बाद विच ली है, वह 100 सीट्स एडिड नहीं है, गवर्नमेंट नहीं है, 100% वह प्राइवेट है, तो वह टोटल एन एवरेज कढ के चार्जेस सारे स्टूडेंट्स तो ले लेंगे ने, नॉर्मली इस तरह होंदा है। सो 25000 दे करीब, किसी की 24 हो सकती, 23 हो सकती है, ये मन सकते हैं, प्लस यूनिवर्सिटी चार्जेस, हुण पर यूनिवर्सिटी चार्जेस अलग तो गिनाया है, 15000 ये बनते हैं, ते जे अदर वाले 600 15 200 जे बाहर तो ने, और 2000 तुहाडा खर्चा आना है। फीस नहीं है, माइग्रेशन फीस नहीं है, ये माइग्रेशन फीस है, ये माइग्रेशन फीस है, ये माइग्रेशन फीस नहीं है, ये तुहाडा खर्चा है। सो अच्छा प्राइवेट दी कितनी फीस है, हुण मैं किन्ना कीता एडिड दा 25 जमा 25 जमा 25 जमा 25 है ना, ये हो गया 1 लाख, 1 लाख बन गया, 1 लाख प्लस 15000 लगभग ये थोड़ा खर्चा बनया एडिड का। दूसरी तरफ प्राइवेट की जिहड़ी है वो भी ये बिल्कुल बराबर है, प्राइवेट का मैनू वक्रे तो दसना पाएगा, इतने मैं 25-25 लिख दिती है। जदों तुहानू कोई कॉलेज फीस मंगता है ये वेरिएशन बहुत ज़्यादा आएगी, प्राइवेट वक्रे तौर पर दसदा हाँ, वो वेरिएशन के फैक्टर की ने, कि कॉलेज जेड़ा है कि रूरल एरिया च है, नंबर दो कि कॉलेज विच सीट्स अवेलेबिलिटी ज़्यादा है प्लस है, कि वो कॉलेज विच टीचर अवेलेबल ही नहीं है कोई, कि उस कॉलेज दिया इंस्पैक्शन जा उदी बैकग्राउंड जड़ी है बहुत ज़्यादा पुअर है, अजिहे कॉलेज होणगे उन्हां दी फीस बहुत ज़्यादा घट जाएगी, वो गवर्नमेंट दे तो नहीं इन्नी भी नहीं कटेगी वैसे। सो नॉर्मली देखोगे गुरु नानक देव यूनिवर्सिटी विच जड़ी है प्राइवेट कॉलेजों की फीस लगभग इन्नी चल रही है, ए प्लस ओ 15000 हो गया, तो कोई कॉलेज हो सकता है जेड़ा कोई मतलब जे 50 के करीब कॉलेज ने
मन के चल रही है 50 के करीब कॉलेज ने, मेरे ख्याल 5-6 कॉलेज गिनती दे होंगे जिहड़े लख तो घट लैंदे होंगे, जिहड़े 90 भी लै सकते हैं, 80 भी लै सकते हैं और तुहानू कई तरह के वादे भी करनगे, उन्होंने पुअर कॉलेज विच ही कंसिडर किया जाएगा क्योंकि हाईली तुहानू करप्ट किया जाएगा, तुसीं भी करप्ट होवोगे। कई बार अजिहा होएगा तुहानू कहा जाएगा 25-25-25 बाद च एग्जामीनेशन फीस ते आ फीस मंगी जाएगी, पर तुसीं पहला पुछना है, वीडियो इसे लिए जारी किया है कि एज वेल स्टूडेंट रिटर्न फीस, एग्जामीनेशन फीस, माइग्रेशन फीस, बाकी होर भी खर्चे दसदा वो शामिल हैं, कंसोलोडेटिक कई बार दस देंगे ने भी, इस तो इलावा कोई भी होर चार्जेस नहीं लिते जाएंगे, ये पॉसिबल है। इस दे उल्ट पंजाब यूनिवर्सिटी विच कुछ कॉलेज मिल जाते हैं थोड़े जिहड़े रिमोट विच ने, सीट्स ज़्यादा ने, टीचर उन्हां को नहीं हैं, वो सस्ती बी एड तुहानू करा देंगे, वो सस्ती किन्नी करा देंगे, मेरे ख्याल च 80 तक भी जा सकते हैं, इस तो कई केसिस विच इत्थों अगे हिलिया भी जा सकता है। अच्छा, कई कॉलेज स्कॉलरशिप का कोई कई बार गेम होंगी है, स्कॉलरशिप कई बार स्कॉलरशिप दिती भी जाती है, वो बहुत माइनर होंगी है, बी एड करन तो बाद दिती जाती है, कई बार कंडीशन होंगे हैं स्कॉलरशिप के लालच में ज़्यादा ना, यो ये पता करना है कि सचमुच स्कॉलरशिप देंदे हैं या नहीं देंदे हैं, ये पिछले विद्यार्थियों तो पता लगेगा। सो पटियाला यूनिवर्सिटी विच क्योंकि सब तो ज़्यादा कॉलेज जड़े ने 90 से 100 के करीब पटियाला यूनिवर्सिटी कॉलेज ने, और काफ़ी रिमोट एरिया है, उत्थे फीस सब तो ज़्यादा घट होएगी, रिमोट एरिया विच, रूरल ते रिमोट एरिया विच जड़े कॉलेज ने नॉर्मली लड़कियां हैं, लड़कियां दे विच उत्थे जांदा नहीं है, दैट इज़ वाई वो काफ़ी सीट कट मतलब 80 तो भी डाउन चल जाते हैं, आराम ना चल जाते हैं, और 80 तो डाउन की टोटल खर्चा ये सारा कुछ पा के 80 दे विच। कई जगह एजेंट सिस्टम है, एजेंट सिस्टम, एजेंट की करते हैं कि अपने आले दुआले तो ये रूरल विच ते इधर विच पटियाला यूनिवर्सिटी दे कॉलेजों विच बहुत ज़्यादा ट्रेंड है कि एजेंट बुक शॉप वाले उन्होंने कोल बच्चे आते हैं, वो कॉलेज का पुछते नहीं है, वो कहते असीं तुहाडी बी एड करा देंगे, उन्होंने ही ये दिते जाते हैं कि तुहानू जी बी एड करा देंगे, वो 10, 20, 30, 40 जिहड़े ने स्टूडेंट इकट्ठे कर लेंदे ने, फॉर्म भी खुद भर देंदे ने और फीस भी उही लेंदे ने, कॉलेज खुद जमा कराते हैं, और जो 20 बच्चे हो जाते हैं तो कॉलेज वाले ने मैनेजमेंट ना कॉन्टैक्ट करते हैं कि सानू इस विच असी 20 सीटा कठियां दे रहे हैं, इसनों सस्ता कर लिया जाए। सो उन्हां एजेंट नाल वो कर लेंदे ने, नॉर्मली एक एजेंट 5 से 10 से 15 हज़ार, हाँ नॉर्मली 5 हज़ार से 10 हज़ार आराम नाल लै लेंदे ने, उस 10 हज़ार नूं जस्टिफाई करदे ने कि तुहानू कॉपियां दित्तियां जाणगियां, तुहानू ये वाले चीज़ तुहानू इनफॉर्मेशन तुहानू आना नहीं पएगा, तो कैंडीडेट नूं ठीक लगता है। सो एक करप्ट सिस्टम बड़ा अच्छा प्रफुल्लित हो रहा है, मतलब कैंडीडेट सीधा देखता ही नहीं, ईवन उन्होंने टीचर का भी नहीं पता होंदा, अजिहे कॉलेजां विच जिथे एजेंट कराते हैं नॉर्मली फीस मैं वो इन्नी दसना नहीं चाहता कि अच्छा कुछ कॉलेज बारगेनिंग होंदी है, मतलब फीस वधाई घटाई जाती है, कुछ कॉलेज अजिहे ने जिन्हां विच फीस वधाई घटाई नहीं जाती, फिक्स ही रहती है, कोई आ जाए हाँ ये हो सकता है कि स्कॉलरशिप 5 विद्यार्थियों दे रहे, 10 विद्यार्थियों दे रहे ने, कोई कंसेशन है किसी बेस से इंटरव्यू लैके कि सचमुच पुअर है उसकी फीस 1, 2, 3, 4 बच्चों की माफ़ करना, अजिहे अच्छे कॉलेज, बहुत अच्छे कॉलेज प्राइवेट भी है, बहुत अच्छे कॉलेज भी है, है ना, ईवन वो एडेड तो गवर्नमेंट जिहड़ा लर्निंग अच्छी इनवायरमेंट वाला है वो एडेड तो प्राइवेट के मिलता है, गवर्नमेंट कॉलेज तुहाडे ते TET की कोई एनर्जी नहीं लगेगी, सिलेक्शन टेस्ट की कोई एनर्जी नहीं लगेगी, तुहाडे मार्क्स नूं हाई करन लई कोई एनर्जी नहीं लगेगी, तुहानू पर्टिकुलर गाइडेंस कोई एनर्जी नहीं गवर्नमेंट कॉलेजां च लगेगी, नॉर्मली कोई डेडिकेटेड टीचर जिहड़ा उत्थे मिल जाता है जिसनों परसनल इंटरस्ट ने जिहड़ा रियली डेडिकेटेड है गवर्नमेंट कॉलेज च, उस तरह के भी मिल जाते हैं और वो बच्चों की हर तरह ना सहायता करते हैं, पर अजिहा होएगा कि तुहानू TET की कोचिंग दी जाएगी, तुहानू सिलेक्शन टेस्ट की कोचिंग, तुहानू गाइडेंस, तुहानू परसनल गाइडेंस, चलो ये तो फिर चलो इस दी गल नहीं करनी, ये अजिहा नहीं होएगा, कुछ कॉलेज एडमिशन वेले तुहानू TET का झांसा दे के फीस थोड़ी वध लै के भी कर सकते हैं, सो फीस एक फैक्टर बन जाता है। हुण टोटल जे देखना है साड़ी के एडेड कॉलेजों विच ते प्राइवेट कॉलेजों च नॉर्मल फीस लख लख प्लस दूसरी है, ठीक है, पर कई प्राइवेट कॉलेज जिहड़े ने वो विद एक एक गल सुन लो, कई कॉलेज विद यूनिवर्सिटी फीस भी 1 लख विच करदे ने,
ਸੋ ਇਹ ਤੁਸੀਂ ਦੇਖਣਾ ਹੈ ਕਿ ਵਿਦ ਯੂਨੀਵਰਸਿਟੀ ਫੀਸ ਹੈ ਜਾਂ ਵਿਦਆਊਟ ਯੂਨੀਵਰਸਿਟੀ ਫੀਸ ਹੈ। ਤੁਸੀਂ ਸ਼ਬਦ ਸਟੂਡੈਂਟ ਰਿਟਰਨ, ਐਗਜ਼ਾਮੀਨੇਸ਼ਨ, ਮਾਈਗ੍ਰੇਸ਼ਨ ਜਾਂ ਅਦਰ ਚਾਰਜਸ ਜਿਹੜੇ ਆ ਉਹ ਪੁੱਛਣੇ ਹਨ। ਕਿਸੇ ਵੇਲੇ ਤੁਸੀਂ ਐਡਮਿਸ਼ਨ ਲੈਣੇ ਹੋ ਇੱਕ ਕਾਲਜ ਵਿੱਚ ਤੇ ਕੰਪੈਰੀਜ਼ਨ ਉਹ ਕਰਦੇ ਨੇ ਕਿ ਫਲਾਣਾ ਕਾਲਜ ਜਿਹੜਾ ਹੈ ਉਹ ਐਨਐਚ ਕਰ ਰਿਹਾ ਹੈ, ਅਸੀਂ 10,000 ਉਸ ਤੋਂ ਸਸਤੇ 'ਚ ਕਰ ਰਹੇ ਹਾਂ। ਬਾਅਦ ਵਿੱਚ ਪਤਾ ਲੱਗਦਾ ਹੈ 10,000 ਸਸਤੇ 'ਚ ਕਰਕੇ ਬਾਅਦ ਵਿੱਚ ਐਗਜ਼ਾਮੀਨੇਸ਼ਨ ਫੀਸ ਇਹ ਸਾਰੀਆਂ ਫੀਸਾਂ ਮੰਨੀਆਂ ਜਾਂਦੀਆਂ ਹਨ, 10 ਦੀ ਜਗ੍ਹਾ 20 ਤੁਹਾਡੇ ਕੋਲ ਲਏ ਜਾਂਦੇ ਹਨ। ਸੋ ਇਹ ਸਾਰਾ ਫੀਸ ਦਾ ਮਾਮਲਾ ਸੀ। ਇਸ ਦੇ ਰਿਗਾਰਡਿੰਗ ਹੋਰ ਕੋਈ ਕੁਐਸਚਨ ਹੋ ਇਸੇ ਵੀਡੀਓ ਦੇ ਥੱਲੇ ਪੁੱਛਣਾ। ਲੇਕਿਨ ਨੈਕਸਟ ਜੋ ਹੈ ਜ਼ਰੂਰੀ, ਅਦਰ ਖਰਚੇ ਕਿਹੜੇ ਹੋ ਸਕਦੇ ਨੇ? ਤੁਹਾਨੂੰ ਯੂਨੀਫਾਰਮ ਦਾ ਖਰਚਾ ਪਾ ਸਕਦੇ ਨੇ, ਕਹਿ ਸਕਦੇ ਨੇ ਉਹ, ਹੈ ਨਾ। ਪ੍ਰੋਸਪੈਕਟਸ ਪ੍ਰਾਈਵੇਟ ਕਾਲਜਾਂ ਵਿੱਚ ਨੋਰਮਲੀ ਹੋਏਗਾ ਹੀ ਹੋਏਗਾ ਕਿ ਪ੍ਰੋਸਪੈਕਟਸ ਖਰੀਦਣਾ ਹੈ ਜੀ ਤੁਸੀਂ। ਪ੍ਰਾਈਵੇਟ ਕਾਲਜਾਂ 'ਚ 500 ਤੋਂ 1,000 ਤੱਕ ਹੋ ਸਕਦਾ ਹੈ। ਯੂਨੀਫਾਰਮ ਦਾ ਖਰਚਾ ਕਈ ਵਾਰੀ ਪਹਿਲਾਂ ਲੈ ਲਿਆ ਜਾਂਦਾ ਹੈ। ਆਈਡੈਂਟੀ ਕਾਰਡ ਬਣਾਉਣ ਦਾ ਇਸ ਤਰ੍ਹਾਂ ਦੇ ਕੁਝ ਖਰਚੇ ਪਾਏ ਜਾਂਦੇ ਨੇ, ਕੁਝ ਪਾ ਦਿੰਦੇ ਆ ਟੂਰ ਦਾ। ਨਹੀਂ, ਨੋਰਮਲੀ ਰੂਰਲ ਰਿਮੋਟ ਵਾਲੇ ਦੇ ਕੋਈ ਖਰਚੇ ਨਹੀਂ। ਉੱਕਾ ਪੁੱਕਾ ਜਿਹੜੀਆਂ ਦੁਕਾਨਾਂ ਅੱਛੀਆਂ ਚੱਲ ਰਹੀਆਂ, ਕੁਝ ਲੋਕ ਟੀਚਿੰਗ ਪ੍ਰੈਕਟਿਸ ਦਾ 500 ਰੁਪਈਆ ਪਾਉਂਦੇ ਆ। ਇਹ ਰਿਹਾ ਵੀ ਹੈ, ਸੱਚ ਵੀ ਹੈ ਕਿ ਗੌਰਮੈਂਟ ਨੇ ਕੀਤਾ ਸੀ ਕਿ ਗੌਰਮੈਂਟ ਸਕੂਲਾਂ ਵਿੱਚ ਟੀਚਿੰਗ ਪ੍ਰੈਕਟਿਸ ਲੱਗੇਗੀ ਔਰ ਇੱਕ ਟੀਚਿੰਗ ਪ੍ਰੈਕਟਿਸ ਦਾ 500 ਰੁਪਈਆ ਦਿੱਤੇ ਜਾਏਗਾ ਅਤੇ ਇਸ ਨੂੰ ਮੰਗਿਆ ਜਾਂਦਾ ਹੈ ਨੋਰਮਲੀ ਇਹ। ਪਰ ਉਸੇ ਵਕਤ ਹੀ ਜੇ ਮੰਗਿਆ ਜਾਂਦਾ, ਇਹ ਤੁਸੀਂ ਆਪਸ 'ਚ ਗੱਲ ਕਰਨੀ ਹੈ। ਕਈ ਇੱਦਾਂ ਦੇ ਕਰਪਟ ਜਿਹੜੇ ਨੇ ਕਾਲਜਿਸ ਇੰਸਟੀਟਿਊਟ ਨੇ, ਉਹ ਅਸਾਈਨਮੈਂਟ ਕਹਿੰਦੇ ਅਸੀਂ ਬਣੀਆਂ ਬਣਾਈਆਂ ਦੇ ਦਾਂਗੇ, ਤੁਸੀਂ ਇਹਦੇ ਵੀ ਪੈਸੇ ਦੇ ਦਿਓ। ਸੋ ਇਹ ਅਜਿਹੇ ਪੈਸੇ ਮੰਗੇ ਜਾ ਸਕਦੇ ਨੇ। ਆਡੀਓ ਵਿਜ਼ੂਅਲ ਏਡ ਬਣਾਉਣੀ ਹੈ ਜੀ, ਇਹਦੇ ਪੈਸੇ, ਕਾਪੀਆਂ ਦੇ ਪੈਸੇ। ਹਾਂ, ਟੈਕਸਟ ਬੁੱਕ ਦਾ ਖਰਚਾ ਤੁਹਾਡਾ ਹੋਏਗਾ ਹੀ ਹੋਏਗਾ। ਲਾਇਬ੍ਰੇਰੀ 'ਚ ਜੇ ਅਪਡੇਟ ਨਵੀਆਂ ਕਿਤਾਬਾਂ ਹਨ ਤਾਂ ਉਸ ਕਾਲਜ ਦਾ ਫਾਇਦਾ ਹੈ, ਪਰ ਇਹ ਵਾਲੇ ਝਾਂਸਿਆਂ ਵਿੱਚ ਬਹੁਤਾ ਨਾ ਆਉਣਾ। ਇਹਨਾਂ ਦੇ ਵਿੱਚ ਨੋਰਮਲੀ ਹਰ ਹਾਲਤ 'ਚ ਇਹੀ ਕਿਹਾ ਜਾਂਦਾ ਹੈ ਕਿ ਜਲਦੀ ਜਲਦੀ ਸੀਟ ਕਰਾ ਲਓ ਫੀਸ। ਹਾਂ, ਇਸ ਵਾਰ ਇਹ ਹੈ ਕਿ ਕੈਂਡੀਡੇਟ ਜ਼ਿਆਦਾ ਨੇ ਅਤੇ ਥੋੜ੍ਹਾ ਜਿਹਾ ਰਸ਼ ਜ਼ਿਆਦਾ ਹੈ, ਕੰਪੀਟੀਸ਼ਨ ਹੈ। ਅੱਛਾ, ਫਾਈਨ ਕਲੀਅਰ ਕਰੋ ਕਿ ਫਾਈਨ ਲੱਗਣਗੇ ਤਾਂ ਕਿਹੜੇ ਲੱਗਣਗੇ। ਲੇਟ ਫੀਸ ਦਾ ਫਾਈਨ ਹੈ, ਚਲੋ ਇਹ ਜੈਨੂਨ ਹੋ ਸਕਦਾ, ਇੰਸਟੀਟਿਊਟ ਚਲਾਉਣੀ ਹੈ, ਪੋਸੀਬਲ ਹੈ। ਤੁਸੀਂ ਐਬਸੈਂਟੀਸ ਦਾ ਫਾਈਨ ਪਾ ਰਹੇ ਹਾਂ ਜਾਂ ਹੋਰ ਕਿਸੇ ਚੀਜ਼ ਦਾ ਬਾਅਦ 'ਚ ਫਾਈਨ ਪਾ ਰਹੇ ਹਾਂ। ਕਈ ਵਾਰੀ ਫਾਈਨ ਕੁਲੈਕਸ਼ਨ ਹੀ ਕਈ ਕਾਲਜ ਕਾਫੀ ਕਰ ਲੈਂਦੇ ਨੇ। ਸੋ ਇਹ ਗੱਲਾਂ ਤੁਸੀਂ ਪਹਿਲਾਂ ਕਲੀਅਰ ਕਰਨੀਆਂ ਨੇ। ਇਸ ਤੋਂ ਇਲਾਵਾ ਸਕਾਲਰਸ਼ਿਪ ਜਾਂ ਸਟਾਈਫੰਡ ਜਾਂ ਤੁਹਾਡਾ ਮਿਨੋਰਿਟੀ ਸਕਾਲਰਸ਼ਿਪ ਹੈ, ਹਰ ਮਿਨੋਰਿਟੀ ਹਿੰਦੂ ਜਿਹੜਾ ਰਿਲੀਜਨ ਹੈ ਉਸ ਤੋਂ ਬਿਨਾਂ ਸਿੱਖ, ਮੁਸਲਿਮ, ਇਹ ਸਾਰੇ ਮਿਨੋਰਿਟੀ ਵਿੱਚ ਆਉਂਦੇ ਨੇ। ਸਕਾਲਰਸ਼ਿਪ ਇਹਨਾਂ ਨੂੰ ਮਿਲਦੀ ਹੈ, ਅਪਲਾਈ ਕਰ ਦੇਣਾ ਚਾਹੀਦਾ ਹੈ। ਜਿਹੜੇ SC ਸਕਾਲਰਸ਼ਿਪ ਉਹ ਤੁਹਾਨੂੰ ਪਤਾ ਹੀ ਹੈ, ਮੋਸਟਲੀ ਬੱਚਿਆਂ ਨੂੰ ਕਈ ਵਾਰੀ ਕੋਈ ਟਰੱਸਟ ਨਾਲ ਜੁੜਿਆ ਹੁੰਦਾ ਹੈ ਕਿਸੇ ਕਾਲਜ ਦੇ, ਉਹ ਸਕਾਲਰਸ਼ਿਪ ਸੱਚਮੁੱਚ ਦਿੰਦੇ ਨੇ, ਦਾਦੀ ਸੱਜਣ ਹੁੰਦੇ ਨੇ। ਸੋ ਤੁਸੀਂ ਪਤਾ ਕਰ ਸਕਦੇ ਹੋ। ਜੇਕਰ ਤੰਗ ਹੋ, ਫੀਸ ਘੱਟ ਵਿੱਚ ਕਈ ਸਟੂਡੈਂਟ ਕਰਨਾ ਚਾਹੁੰਦੇ ਨੇ ਅਤੇ ਉਹ ਇਸ ਤਰ੍ਹਾਂ ਗੱਲ ਕਰ ਸਕਦੇ ਨੇ ਕਿ ਉਹ ਸੱਚਮੁੱਚ ਨੀਡੀ ਨੇ ਇੱਕ ਦੋ ਕਾਲਜਾਂ ਵਿੱਚ। ਮੈਂ ਦੁਬਾਰਾ ਕਹਿ ਦਿਆਂ, ਫੀਸ ਜੇ ਹੈ ਤਾਂ ਸਬਜੈਕਟ ਨਾਲ ਕੰਪਰੋਮਾਈਜ਼ ਨਾ ਕਰਿਓ, ਕਾਲਜ ਨਾਲ ਬੇਸ਼ੱਕ ਕਰ ਲਈਓ। ਥੈਂਕ ਯੂ।